ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਚਾਲ, ਠੀਕ ਠਾਕ ਮੇਰੇ ਭੈਣ ਭਰਾ, ਅਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੋਗ ਦੇ ਵਿੱਚ। ਅੱਜ ਦਾ ਵਲੋਗ ਹੈਗਾ, ਯਾਨੀ ਕਿ ਅੱਜ ਆਪਾਂ ਕਰਨ ਲੱਗੇ ਹਾਂ ਤਿਆਰੀ, ਮਤਲਬ ਕਿ ਸੈਂਟਰੀ ਦੇ ਸਮਾਨ ਦੀ, ਅਤੇ ਸੈਂਟਰੀ ਦੇ ਸਮਾਨ ਪੁੱਛ ਆਈਏ ਅਤੇ ਵੇਖ ਆਈਏ ਰੇਟ ਰੂਟ ਕੀ ਚੱਲ ਰਿਹਾ। ਅਤੇ ਸੁੱਖਣਾ 5-6 ਦਿਨਾਂ ਨੂੰ ਜਿਹੜਾ ਆਪਣਾ ਲੈਂਟਰ ਹੈਗਾ ਉਹ ਖੁੱਲ੍ਹ ਜਾਣਾ ਹੈਗਾ, ਅਤੇ ਇਸ ਕਰਕੇ ਆਪਾਂ ਮੈਂ ਸੋਚਿਆ ਵੀ ਚਲੋ ਇੱਥੇ ਹੋਲਸੇਲ ਦੀ ਮਾਰਕੀਟ ਹੈ ਗੋਲਡਨ ਟੈਂਪਲ ਦੇ ਲਾਗੇ, ਅਤੇ ਉਸ ਹੋਲਸੇਲ ਦੇ ਵਿੱਚ ਮਿਲਦਾ ਆ, ਮਤਲਬ ਸੈਂਟਰੀ ਦਾ ਸਾਰਾ ਮਾਰਕੀਟ ਸਾਰੀ ਵੱਡੀ ਮਾਰਕੀਟ ਆ, ਇੱਕ ਹੋਲਸੇਲ ਦਾ ਸਾਰਾ ਸਮਾਨ ਮਿਲਦਾ, ਜਿਹੜਾ ਮਰਜ਼ੀ ਲੈਣਾ ਹੋਵੇ ਸਾਰਾ ਮਿਲ ਜਾਂਦਾ ਹੋਲਸੇਲ ਦਾ ਸਮਾਨ, ਸਾਰਾ ਇਹ ਮਤਲਬ ਹਾਰਡਵੇਅਰ ਦਾ ਸਮਾਨ ਹੈ, ਜ਼ਿਆਦਾ ਇਹਦੇ ਨਾਲ ਟੂਟੀਆਂ ਵਗੈਰਾ ਹੋਰ ਵੀ ਸਾਰਾ ਸਮਾਨ ਹੋ ਗਿਆ। ਇੱਥੇ ਗੋਦਾਮ ਬਣਾਇਆ, ਉੱਧਰ ਵੇਖ ਉਹਨੇ ਜਾ ਕੇ ਕੀ ਹਿਸਾਬ ਕਿਤਾਬ ਆ, ਗੋਦਾਮ ਆ ਤਾਂ ਇੱਥੋਂ ਵੇਖਦੇ ਸਾਰਾ ਸਮਾਨ ਹੈ, ਇੰਨਾ ਕੁ ਪਿਆ ਆ, ਇੱਟਾਂ ਸੂਟਾਂ ਦਾ ਵੀ ਪਤਾ ਕਰ ਲਈਏ, ਨਾਲ ਹੀ ਲੱਗਿਆ ਤਾਂ ਵੀ ਕੀ ਆਉਣਾ, ਅਤੇ ਦਿਖਾਇਓ ਕਲਰਫੁੱਲ ਵੀ ਵਾਸ਼ ਮਸ਼ੀਨ ਜਿਹੜੇ ਲੱਗਣੇ ਆਪਣੇ, ਅਤੇ ਇਹਦੇ ਨਾਲ ਤਾਂ ਅੱਗੇ ਲੱਗਣਾ, ਇਹਦੇ ਨਾਲ ਲੱਗਣਾ ਬਲਿਊ ਵਾਲਾ, ਪਹਿਲਾਂ ਇੱਕ ਮਕਾਨ ਪੁਰਾਣਾ ਵੇਖ ਕੇ ਨਵਾਂ ਬਣਾ, ਉਹਦੇ ਅੰਦਰ ਇਹਨੇ ਵੀ ਆਪਣੇ ਸੈੱਟ ਬਣਾਏ ਤਿੰਨ, ਦੋ ਪਹਿਲੋਂ ਬਣਾ ਕੇ ਵੇਚਦੇ, ਹੋਰ ਵੀ ਵਰਾਇਟੀ ਮਿਲ ਜੂਗੀ ਕਹਿੰਦੇ, ਬਾਕੀ ਚਲੋ ਵੇਖਾਂਗੇ। ਸਾਡੇ ਨਾਲ ਭਾਂਡਿਆਂ ਦੀ ਮਾਰਕੀਟ ਵੀ ਕਾਫੀ ਵੱਡੀ ਆ, ਭਾਂਡੇ ਵਗੈਰਾ ਵੀ ਕਾਫੀ ਮਿਲਦੇ ਆ, ਮੈਨੂੰ ਵੇਖ ਕੇ ਮੈਨੂੰ ਆਪਣੀ ਯਾਦ ਆ ਗਈ, ਮੈਂ ਵੀ ਛੋਟਾ ਹੁੰਦਾ ਨਾ ਇੱਦਾਂ ਫੁੱਲ ਬੜੀਆਂ ਖਾਂਦਾ ਹੁੰਦਾ ਹਾਂ। ਗੁਰਬਾਜ ਸਿੰਘ ਹੱਥ ਵਿਖਾ, ਹੱਥ ਵਿਖਾ, ਮੈਂ ਵੀ ਗੁਰਬਾਜ ਵਾਂਗੂ ਨਾ ਛੋਟਾ ਹੁੰਦਾ ਫੁੱਲ ਬੜੀਆਂ ਇੱਦਾਂ ਹੀ ਖਾਂਦਾ ਹੁੰਦਾ ਹਾਂ, ਉਂਗਲਾਂ ਜੀਆਂ ਤਾਂ ਪਾਲਾਂ ਨਹੀਂ ਹੁੰਦੇ, ਨਿੱਕੀਆਂ ਨਿੱਕੀਆਂ ਫੁੱਲ ਬੜੀਆਂ ਨਾ, ਉਦੋਂ ਵੱਡੀਆਂ ਵੱਡੀਆਂ ਫੁੱਲ ਬੜੀਆਂ ਚੱਲਦੀਆਂ ਹੁੰਦੀਆਂ ਸੀ ਫੁੱਲ ਸਾਈਜ਼ ਦੀਆਂ, ਤਾਂ ਉਹ ਅਸੀਂ ਇੱਕੋ ਵਾਰੀ ਮਤਲਬ ਪਾ ਲੈਣੀਆਂ ਹੱਥ 'ਤੇ ਅਤੇ ਖਾਂਦੇ ਰਹਿਣਾ ਕਿੰਨੀ ਕਿੰਨੀ ਦੇਰ, ਅਤੇ ਉਹ ਬੜਾ ਵਧੀਆ ਹੁੰਦਾ ਸੀ ਜ਼ਮਾਨਾ, ਉਹ ਵੀ ਉਹ ਜ਼ਮਾਨਾ ਯਾਦ ਆ ਗਿਆ ਗੁਰਬਾਜ ਨੂੰ ਵੇਖ ਕੇ, ਵੀ ਹੱਥ 'ਤੇ ਜਿੱਦਾਂ ਇਹਨੇ ਪਾਈਆਂ ਉਂਗਲਾਂ 'ਤੇ ਫੁੱਲ ਬੜੀਆਂ ਖਾਣ ਡਿਆ, ਇੱਦਾਂ ਹੀ ਆਪਾਂ ਵੀ ਖਾਂਦੇ ਹੁੰਦੇ ਹਾਂ ਛੋਟੇ ਹੁੰਦੇ ਗੁਰਬਾਜ। ਮੈਂ ਕਿਹਾ ਅੱਜ ਦੀ ਦਿਹਾੜੀ ਲੈਂਟਰ 'ਤੇ ਜਿਹੜਾ ਪਾਣੀ ਲੱਗਣਾ ਸੀ ਬਸ, ਅਤੇ ਸੁੱਕਣਾ ਹੁਣ 4-5 ਦਿਨਾਂ ਨੂੰ ਜਿਹੜਾ ਲੈਂਟਰ ਹੈਗਾ ਆਪਣਾ ਉਹ ਖੁੱਲ੍ਹ ਜੂਗਾ, ਜੇ ਸਾਡੇ ਲਾਗੇ ਇੱਕ ਹੋਰ ਪਲਾਟ ਮਤਲਬ ਬਣਨ ਲੱਗਾ ਵਾ, ਬਾਬਾ ਜੀ ਕਿਰਪਾ ਨਾਲ ਲਾਗੇ ਚਲੋ ਰੈਸ਼ ਹੋਈਗੀ ਹੋਰ ਵਾਧਾ, ਆਹੋ ਨੀਂਹ ਨੂੰ ਖੋਦ ਗਏ ਆ ਆਹ ਵਾਲੀ ਸਾਈਡ ਦੀ, ਅਤੇ ਇਹ ਵੀ ਬਣਨ ਲੱਗਾ ਇੱਕ ਪਲਾਟ ਨਵਾਂ, ਹੋਰ ਵਧੀਆ ਹੋ ਜੂਗਾ ਕੰਮ ਹੋਰ। ਭਾਈ ਹੋਣੀ ਆਏ ਸਾਡੇ, ਅਤੇ ਮੈਂ ਕਿਹਾ ਚੱਲ ਵਿਖਾ ਲਿਆਈਏ ਇਹਨਾਂ ਨੂੰ, ਅਤੇ ਝਾਤੀ ਮਰਾ ਲਿਆਈਏ,
ਕੋਰਨਰ ਆ ਨਾ ਫਿਰ ਅਵਤਾਰ ਭਾਜੀ, ਕੋਨੇ ਵਾਲਾ ਵਾ ਫਿਰ, ਦੋ ਗਲੀਆਂ ਇੱਕ ਆਹ ਵਾ ਅਤੇ ਹਾਂਜੀ ਇੱਕ ਆਹ ਅਤੇ ਇੱਕ ਆਹ ਗਲੀ ਆ, ਹਾਂਜੀ ਆਹ ਪਲਾਟ ਆ ਨਾ ਇੱਦਾਂ, ਆ ਫਿਰ ਇੱਧਰ ਆ ਘੁੰਮਣ ਡਿਆ ਉਹ ਅਗਲੇ ਬੰਨੇ, ਆ ਸਾਰੀ ਗਲੀ ਇੱਦਾਂ ਸ਼ੇਪ ਬਣੀ ਹੋਈ ਕਲੋਨੀ ਜੀ। ਹਾਂਜੀ ਆਇਓ ਹੁਣ ਤਾਂ ਸੁੱਕ ਸੁੱਕ ਗਿਆ, ਚਲੋ ਵਧੀਆ ਹੋ ਗਿਆ, ਖਲੇਰਾ ਹੀ ਬੜਾ ਪਿਆ। ਇਹ ਮੋਟਰ ਪਾਣੀ ਇੱਥੇ, ਹਾਂਜੀ ਪੈਣੀ ਹੈ ਜੇ ਪਾਈ ਨਹੀਂ, ਮੈਂ ਕਿਹਾ ਪਾਈ ਕੱਢ ਕੁੱਟ ਕੇ ਨਾ ਲੈ ਜਾਏ ਕੋਈ, ਇੱਧਰ ਇੱਕ ਆਹ ਬਾਥਰੂਮ ਬਣਾਇਆ ਜੀ। ਹਾਂਜੀ ਠੀਕ ਹੈ, ਬਾਹਰ ਬਾਹਰ ਜਿਹੜਾ ਮਤਲਬ ਸੌਂਗਾ ਇੱਥੇ ਬਾਹਰ ਹੋ ਵਿਹੜੇ 'ਚ ਜਾਂ ਕਿੱਦਾਂ, ਆਹ ਗੱਡੀ ਦੀ ਜਗ੍ਹਾ ਗੱਡੀ ਲੱਗਣ ਦੀ, ਠੀਕ ਹੈ ਹਾਂ ਜੀ। ਅਤੇ ਆਹ ਬਣਾਈ ਆਪਾਂ ਬੈਠਕ, ਮਤਲਬ ਜਿਹਨੂੰ ਆਪਾਂ ਕਹਿੰਦੇ ਹਾਂ ਡਰਾਇੰਗ ਰੂਮ ਲੋਬੀ, ਹਾਂਜੀ ਠੀਕ ਹੈ ਨਾ, ਲੋਬੀ ਬਣਾਈ ਹੈ ਬਹਿਣ ਖਲੋਣ ਨੂੰ। ਹਾਂਜੀ ਆਹ ਅੱਡੀ ਹੈਗੀ ਰਸੋਈ ਕਿਚਨ, ਇੱਥੇ ਸਲੈਬ ਪਊਗੀ ਨਾ, ਹਾਂਜੀ ਓਪਨ ਸਲੈਬ ਪਊਗੀ ਅਜੇ, ਕਿਹੜਾ ਲੈਂਟਰ ਖੁੱਲੂਗਾ ਉਹਦਾ, ਮੇਰਾ ਪਲੇਟ ਵੱਜ ਨਹੀਂ ਟੁੱਟ ਜਾਣੀ ਸੀ ਸਲੈਬ। ਆਹ ਦੋ ਬੈਡਰੂਮ ਆ, ਇੱਕ ਇੱਧਰ ਬੈਡਰੂਮ ਆ ਸਾਡਾ ਅਤੇ ਇੱਕ ਆਹ ਵਾ ਬੈਡਰੂਮ, ਮਗਰ ਅਸੀਂ ਬਾਥਰੂਮ ਬਣਾ ਤੇ ਇਹਨਾਂ ਦੇ ਵੱਖਰੇ ਵੱਖਰੇ ਵੱਖਰੇ, ਅਟੈਚ ਨਹੀਂ ਬਣਾਏ ਵੱਖਰੇ ਵੱਖਰੇ, ਉੱਧਰ ਦਾ ਉੱਧਰ ਵਾਲੇ ਬੈਡਰੂਮ ਨੂੰ ਆਹ ਚੀਜ਼ ਬਣਾਈ, ਠੀਕ ਹੈ ਸੋਹਣੀ ਆ ਨਾ ਹਨਾ, ਵਿੱਚ ਵਾਸ਼ ਬੇਸ਼ਨ, ਹਾਂਜੀ ਵਿੱਚ ਉੱਤੇ ਡਾਇਰੈਕਟ ਛੱਡੀ ਆ ਇੱਥੇ ਆਹ ਚੀਜ਼, ਅਤੇ ਮੋਰ ਜਿਹਨੂੰ ਆਪਾਂ ਮੁੱਗ ਕਹਿੰਦੇ ਹਾਂ ਉਹ, ਹਾਂਜੀ ਉਹ ਛੱਡੀ ਆ ਹਨਾ, ਇੱਥੋਂ ਵੀ ਚਾਨਣ ਆਊਗਾ ਅਤੇ ਨਾਲ ਕੋਈ ਦਿੱਕਤ ਨਹੀਂ, ਅਤੇ ਇੱਧਰ ਏ ਸੀ ਲੱਗ ਜਾਣਾ ਆਪਣਾ, ਏ ਸੀ ਇੱਥੇ ਲਾ ਲੈਣਾ ਆਪਾਂ ਵਿੰਡੋ, ਹਾਂ ਆਹ ਰੱਖਿਆ ਨਾਲ ਉੱਪਰ, ਇੱਥੇ ਮੈਂ ਲਾ ਲੈਣਾ ਵਾ ਆਪਣਾ ਜਸਟ ਫੈਨ, ਉੱਧਰ ਨੂੰ ਸੁੱਟੇ ਕੂਲਿੰਗ ਹਨਾ, ਸਹੀ ਬਣਾਇਆ ਪਿਆ ਸਿਸਟਮ ਸਾਰਾ ਵਧੀਆ ਹੋ ਗਿਆ ਹਨਾ, ਇੱਕ ਦੇ ਨਾਲ ਦੋ ਕਮਰੇ ਦੇ ਕੰਮ ਕਰੂਗਾ ਹਨਾ, ਇੱਕੋ ਏ ਸੀ ਵਧੀਆ ਨਾ, ਡੇਟ ਆਉਂਦਾ ਹਾਂਜੀ। ਆਇਓ ਆਇਓ ਕੋਠੇ ਆਇਓ, ਆਹ ਪੌੜੀ ਚੜ੍ਹਤੀ ਜੀ ਇੱਥੋਂ, ਮੈਂ ਕਿਹਾ ਯਾਰ ਉੱਥੋਂ ਨਾ ਬਾਹਰੋਂ ਟ੍ਰੈਂਡ ਪੁਰਾਣਾ ਹੋ ਗਿਆ ਵਾ, ਬਾਹਰੋਂ ਪੌੜੀ ਚੜ੍ਹਦੀ ਸੀ ਜਿਹੜੀ, ਉਹਨਾਂ ਗੱਡੀ ਦੀ ਜਗ੍ਹਾ ਰੋਕਦੀ ਸੀ ਕਿਸੇ ਗੱਡੀ ਹਨਾ, ਅੱਗੇ ਆ ਅਤੇ ਅੱਗੇ ਪੌੜੀ ਆ ਜਾਂਦੀ ਮੁਸ਼ਕਲ ਆ, ਉੱਤੇ ਜਗ੍ਹਾ ਸੁਖਣਾ ਖੁੱਲ੍ਹ ਗਈ ਆਪਣੀ। ਹਾਂਜੀ ਹੁਣ ਆਪਣਾ ਲੈਂਟਰ ਸੁੱਕ ਗਿਆ ਵਾ, ਅਤੇ ਹੁਣ ਇੱਥੇ ਆਪਾਂ ਪਾਣੀ ਨਹੀਂ ਲਾਉਣਾ, ਪਾਣੀ ਲਾ ਤਾ ਭਾਈ 6-7 ਦਿਨ ਰੱਜ ਕੇ, ਹੈਂ ਖਿਲਾਰ ਛੱਡਿਆ ਪਾਣੀ ਆਪਾਂ 6-7 ਦਿਨ, ਅਤੇ ਉਹ ਥੋੜ੍ਹਾ ਜਿਹਾ ਪਾਣੀ ਹੈਗਾ ਅਜੇ, ਉਹ ਫਿਰ ਕਹਿੰਦੇ ਪਏ ਵੀ ਆ ਟਾਇਲ ਟੂਲ ਲਾ ਕੇ ਮਿੱਟੀ ਪਾ ਕੇ ਟਾਇਲ ਲਾ ਕੇ ਸੈੱਟ ਹੋਣਾ, ਹਾਂ ਇਹ ਚੀਜ਼ ਹੈ। ਉੱਧਰ ਅਜੇ ਪਾਣੀ ਹਜੇ ਖਲੋਤਾ, ਬਾਕੀ ਸੁੱਕ ਗਿਆ ਸਾਰਾ, ਪਾਣੀ ਲਾ ਤਾ ਸੀ ਖੁੱਲ੍ਹਾ ਹੀ ਉਹਨੂੰ, ਠੀਕ ਆ ਖੁੱਲ੍ਹੀ ਡੁੱਲੀ, ਹੁਣ ਗੁੱਡੀ ਡਾਣ ਨੂੰ ਵੀ, ਗੁੱਡੀ ਡਾਣ ਨੂੰ ਵੀ ਜਗ੍ਹਾ ਵਾਧੂ ਹੋ ਗਈ ਆਪਣੇ ਕੋਲ, ਹੈ ਮੈਂ ਉਹੀ ਕਹਿਣ ਡਿਆ ਇੱਥੇ 4 ਦਿਨਾਂ ਤੁਹਾਨੂੰ ਆਪਾਂ ਹੁਣ ਐਰ ਕੀ ਲੋਹੜੀ 'ਤੇ ਗੁੱਡੀ ਵਾਲਿਆਂ ਨੂੰ, ਗੁੱਡੀ ਵਾਲਿਆਂ ਨੂੰ ਤੰਗ ਕਰਾਂਗੇ ਅਗਲੇ ਵਾਲਿਆਂ ਨੂੰ, ਸਾਰਿਆਂ ਨੂੰ ਮੁਹੱਲੇ ਵਾਲਿਆਂ ਨੂੰ ਮਾਰ ਮਾਰ ਖਿੰਚੇ। ਲਓ ਜੀ ਫਲਾਈਟ ਆ ਗਈ ਆ, ਕੋਠੇ 'ਤੇ ਖਲੋਤੇ ਹਾਂ, ਲਓ ਜੀ ਹੁਣ ਲੱਗ ਰਿਹਾ ਨਿੰਬੂ, ਨਿੰਬੂ ਲਵਾ ਲਈਏ ਚੰਗੀ ਤਰ੍ਹਾਂ, ਕਿੰਨਾ ਲਾਡ ਕਰਦੇ, ਚੱਲ ਆ ਤੂੰ ਹੀ ਆਜਾ, ਆਇਆ ਆਇਆ ਤੂੰ ਹੀ ਆਜਾ, ਕੀ ਗੱਲ
ਚੱਲ ਆਇਆ ਲਓ ਜੀ ਤਾਂ ਰੋਟੀ ਪਾਣੀ ਵੀ ਹੋ ਗਈ ਆ ਤਿਆਰੀ ਫਿਰ ਰੋਟੀ ਪਾਣੀ ਖਾਈਏ ਜੀ ਲਿਆਓ ਕੋਈ ਤਾਂ ਲਿਆਓ ਰੋਟੀ ਪਾਣੀ ਖਾਈਏ ਗਰਮੀ ਬਹੁਤ ਆ ਫਿਰ ਕਰੀਏ ਰੈਸਟ ਹਾਂਜੀ ਜੀ ਨਾਲ ਮੇਰੇ ਕੁਝ ਖਾਸ ਭੈਣ ਭਰਾ ਕਹਿ ਸਕਦੇ ਕਿ ਸਾਡਾ ਵੀ ਨਾਲ ਲਵ ਲਾਓ ਦੇ ਵਿੱਚ ਇੱਕ ਮੇਰੀ ਭੈਣ ਹੈਗੀ ਹੈ ਜੀ ਰਜਨੀ ਬਾਲਾ ਜੀ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਸੁਰਿੰਦਰ ਕੌਰ ਜੀ ਗੁਰਦਾਸਪੁਰ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਕਮਲਜੀਤ ਕੌਰ ਜੀ ਢਿੱਲੋਂ USA ਤੋਂ ਤੇ ਨਾਲ ਮੇਰੇ ਇੱਕ ਹੋਰ ਵੀਰ ਜੀ ਹੈਗੇ ਨੇ ਜੀ ਸੇਵਕ ਸਿੰਘ ਜੀ ਕਪੂਰਥਲੇ ਤੋਂ ਹਾਂਜੀ ਜੀ ਫਿਰ ਕਿੱਦਾਂ ਲੱਗਾ ਅੱਜ ਦਾ ਛੋਟਾ ਜਿਹਾ ਵਲੌਗ ਜੇ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਨਾਲ ਦੇ ਨਾਲ ਚੈਨਲ ਨੂੰ ਕਰ ਲਓ ਕਰੋ ਸਬਸਕ੍ਰਾਈਬ ਮਿਲਦੇ ਇੱਕ ਸੁਣ ਜੇ ਫੈਮਿਲੀ ਵਲੌਗ ਦੇ ਨਾਲ ਬਾਏ ਬਾਏ।